अजकल जिस रफ्तार दे नाल महंगाई वध रही है उसे रफ्तार दे नाल बेरोजगारी भी वध रही है। इसलिए भगता भाई दे रहन वाले एक परिवार ने रुजगार चलाउण दा एक नवा तरीका कढ़िया है। जिवें कि कनेडा अमरीका दे विच स्टैचू बन के लोगों का मनोरंजन करते हैं, उस तरीके दे नाल पंजाब दे विच भी स्टैचू बन के ये तीनों भरा लोगों का मनोरंजन करते हैं। इस परिवार का कहना है कि साडा परिवार पहलां तो ही बहरूपिया कारोबार दे नाल जुड़िया होया है, पर अजकल बहरूपिया कारोबार ठप्प होण करके साडा काम बिल्कुल ही ठप्प हो गया। बहरूपिया कारोबार ठप्प होण करके असी बेरोजगार हो गए। इसलिए असी सोचा कुछ नवा किया जाए जिस दे नाल साडा कारोबार भी चले ते लोगों का मनोरंजन भी किया जा सके। कनेडा अमरीका दे विच जिस तरह स्टैचू बन के लोगों का मनोरंजन करते हैं असी भी उस तरह ही करांगे। अते इन्होंने कारोबार शुरू कर दिता जिस तों कि भरवां हंगारा मिलिया अते पंजाब दे विच लोग पसंद करन लगे। हाँ जी, की ना ते कित्थों आए तुसी? मेरा नाम जी राम, भगते तो आए हैं जी। कित्थों? भगते तो। अच्छा, भगते दे रहन वाले आ? हाँ जी। ए तुसी स्टैचू दा काम कदों तो कर रहे हैं? वैसे तो साडा खानदानी काम आ, ते करीब हो गए सानू 7 साल। अच्छा, डैडी दा खानदानी काम आ ते सानू ओए काम करदे नू 7 साल। ठीक है, हुण तुसी ए जिहड़ा काम आ 7 साल तो कर रहे हैं? हाँ जी। ਇਹ ਕੰਮ ਤੁਸੀਂ ਕਿੱਥੇ ਕਿੱਥੇ ਮਤਲਬ ਕਿ ਕਰਦੇ ਹੋ? ਤੁਸੀਂ ਇੱਕ ਤੁਹਾਡਾ ਖਾਨਦਾਨੀ ਪੇਸ਼ਾ ਕਿੱਥੇ ਕਿੱਥੇ ਕੰਮ ਕਰਦੇ ਤੁਸੀਂ ਇਹ? ਆਹ ਕੰਮ ਜਿਵੇਂ ਕੀ ਨਾਮ ਭਾਜੀ ਆਪਣਾ? ਮੇਰਾ ਨਾਮ ਜੀ ਕਬੀਰ ਰਾਮ ਆ ਜੀ। ਕਿੱਥੋਂ ਰਹਿਣ ਵਾਲੇ ਹੋ? ਅਸੀਂ ਭਗਤ ਰਹਿਣ ਵਾਲਾ, ਮੇਰਾ ਛੋਟਾ ਭਰਾ। ਅੱਛਾ, ਰਾਮ ਆਏ ਦੇ ਨਾਮ ਅਤੇ ਇੱਧਰ ਮੇਰੇ ਛੋਟੇ ਵੀਰ ਰਾਜਪਾਲ ਆਏ ਦੇ ਨਾਮ। ਅੱਛਾ, ਅਤੇ ਅਸੀਂ ਅੱਜ ਮੁਕਤਸਰ 'ਚ ਪ੍ਰਦਰਸ਼ਨ ਕਰਨ ਆਏ ਹਾਂ, ਕੁਛ ਲੋਕਾਂ ਨੂੰ ਦਿਖਾਉਣ ਆਏ। ਆਹ ਆਈਟਮਾਂ ਤੁਸੀਂ ਜ਼ਿਆਦਾਤਰ ਬਾਹਰਲੇ ਦੇਸ਼ ਹੀ ਦੇਖੀ ਹੋਣਗੀਆਂ। ਸਟੈਚੂ ਐਂ ਖੜੇ ਹੁੰਦੇ ਬਣ ਕੇ ਅਤੇ ਆਪਣੇ ਮੈਨੇ ਦਿਮਾਗ ਲਾ ਕੇ ਸੋਚਿਆ ਅਤੇ ਵੈਸੇ ਸਾਡਾ ਖਾਨਦਾਨੀ ਕੰਮ ਆ ਅਤੇ ਮੈਂ ਸੋਚਿਆ ਮੈਂ ਕਿਹਾ ਕੁਛ ਨਵਾਂ ਕਰੀਏ ਪੰਜਾਬ 'ਚ ਵੀ, ਹਰਿਆਣੇ 'ਚ ਵੀ, ਅਤੇ ਸਟੈਚੂ ਦਾ ਕੰਮ ਅਸੀਂ ਬਣਾਇਆ ਅਤੇ ਸਟੈਚੂ ਤਿਆਰ ਕੀਤੇ ਅਤੇ ਲੋਕਾਂ ਨੂੰ ਬਹੁਤ ਵਧੀਆ ਰਿਸਪੋਂਸ ਮਿਲਦਾ ਅਤੇ ਵਧੀਆ ਸਮਝਦੇ ਨੇ ਅਤੇ ਸਾਡੇ ਨਾਲ ਇਹਨਾਂ ਨਾਲ ਸੈਲਫੀਆਂ ਲੈਂਦੇ, ਸਾਨੂੰ ਬਹੁਤ ਵਧੀਆ ਲੱਗਦਾ ਅਤੇ ਸਾਨੂੰ ਪੈਸੇ ਵੀ ਬਣਦੇ ਨੇ ਇਹਦੇ ਨਾਲ, ਸਾਡਾ ਰੋਟੀ ਦਾ ਮਸਲਾ ਵਧੀਆ ਹੋ ਰਿਹਾ। ਤੁਸੀਂ ਆ ਆ ਯੂਨੀਫਾਰਮ ਪਾਈ ਹੋਈ ਹੈ ਕੋਈ ਪਾਈ ਹੋਈ ਹੈ ਤੁਸੀਂ? ਆ ਸਰ, ਜਿਵੇਂ ਕੋਈ ਇੰਸਪੈਕਟਰ ਦਾ ਰੋਲ ਲਿਆ ਹੋਇਆ। ਅੱਛਾ, ਬਹਿਰੂਪੀ ਆਰਟਿਸਟ ਕਲਾਕਾਰ ਕਹਿ ਦਿੰਦੇ ਆ। ਠੀਕ ਆ, ਤੁਹਾਡਾ ਪਰ ਲਾਇਸੈਂਸ ਵਗੈਰਾ ਬਣਿਆ ਕੋਈ? ਹਾਂ, ਅਸੀਂ ਥਾਣੇ 'ਚ ਵੈਸੇ ਪਰਮਿਸ਼ਨ ਲੈਂਦੇ ਹਾਂ, ਫਿਰ ਅਸੀਂ ਕਾ ਅੱਗੇ ਕਰਦੇ ਹਾਂ ਕੰਮ। ਠੀਕ ਆ, ਇਹ ਕਿੰਨੀ ਦੇਰ ਤੋਂ ਕਰਦੇ ਆ ਰਹੇ ਤੁਸੀਂ? ਆਹ ਸਾਡਾ ਖਾਨਦਾਨੀ ਕੰਮ ਆ ਜੀ, ਇੱਥੇ ਸਾਡੇ ਮਾਮਾ ਜੀ ਰਹਿੰਦੇ ਨੇ ਅਤੇ ਉਹਨਾਂ ਕੋਲ ਅਸੀਂ 4-5 ਦਿਨ ਰਵਾਂਗੇ, ਇੱਥੇ 5-7 ਦਿਨ ਲਵਾਂਗੇ ਅਤੇ ਅਸੀਂ ਕੁਛ ਰਾਸ਼ਨ ਪਾਣੀ ਜਿੰਨਾ ਵੀ ਹੋਊਗਾ ਸਾਡਾ ਰੋਟੀ ਦਾ ਗੁਜ਼ਾਰਾ ਕਰਾਂਗੇ। ਇਹ ਫਿਰ ਤੁਸੀਂ ਕਿੱਥੇ ਜਿਹੜਾ ਹੈ ਪ੍ਰੋਗਰਾਮ ਕਿੱਥੇ ਕਿੱਥੇ ਦਿਖਾਉਂਦੇ ਤੁਸੀਂ? ਅੱਜ ਜਿਵੇਂ ਪੈਲਸਾਂ 'ਚ ਆਈਲੈਟਸ ਸੈਂਟਰਾਂ 'ਚ ਦਿਖਾਇਆ ਸੀ ਅਤੇ ਉਹਨਾਂ ਨੂੰ ਵਧੀਆ ਲੱਗਿਆ ਅਤੇ ਵਧੀਆ ਨੇ ਬਹੁਤ ਰਿਸਪੋਂਸ ਜਿਹੜਾ ਸਾਨੂੰ ਬਠਿੰਡਾ ਪੈਂਦਾ। ਮੁਕਤਸਰ ਆਏ ਹੋ, ਕੀ ਵਜ੍ਹਾ ਸੀ? ਇੱਥੇ ਹੀ ਸਾਡਾ ਪ੍ਰੋਗਰਾਮ ਸੀਗਾ ਤਾਂ ਕਰਕੇ। ਕੀ ਲੱਗਿਆ ਹੋਇਆ ਤੁਹਾਡੀ ਬਾਡੀ 'ਤੇ, ਚਿਹਰੇ ਉੱਪਰ? ਇਹ ਤਾਂ ਜੀ ਸਾਰਾ ਯੂਨੀਫਾਰਮ ਪਾਇਆ ਹੋਇਆ ਅਤੇ ਮੂੰਹ 'ਤੇ ਮੇਕਅਪ ਕੀਤਾ ਹੈ। ਇੰਨਾ ਮੇਕਅਪ ਜੀ ਲੱਗਦਾ ਨਹੀਂ ਵੀ ਚਮੜੀ ਖਰਾਬ ਕਰ ਦੂਗਾ? ਚਮੜੀ ਤਾਂ ਖਰਾਬ ਕਰਦਾ ਜੀ, ਪਰ ਜਦੋਂ ਭੁੱਖੇ ਰਹਿ ਗਏ ਫਿਰ ਚਮੜੀ ਦਾ ਕੀ ਹੋ ਜਾਊਗਾ? ਮੂੰਹ ਦੇ ਨਾਲ, ਮੂੰਹ ਦੇ ਨਾਲ ਤਾਂ ਆਪਾਂ ਕੋਈ ਮਾਰ ਨਹੀਂ ਸਕਦੇ। ਕਿੰਨੇ ਚਿਰ ਤੋਂ ਜੁੜੇ ਹੋਵਾਂਗੇ ਫਿਰ ਆਪਾਂ ਮਾਰ ਸਕਦੇ ਹਾਂ? ਕਿੰਨੇ ਚਿਰ ਤੋਂ ਜੁੜੇ ਹੋ ਇਸ ਕੰਮ ਨਾਲ? ਇਹ 7 ਸਾਲ ਹੋ ਗਏ ਸਾਨੂੰ ਕਰਦੇ ਨੂੰ ਕੰਮ। ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਇੱਕ ਦਿਨ 'ਚ? ਇੱਕ ਦਿਨ 'ਚ ਜੀ ਜਿਹੜਾ ਪ੍ਰੋਗਰਾਮ ਹੁੰਦਾ, ਜਿਵੇਂ ਬਰਥਡੇ ਹੋ ਗਿਆ, ਓਪਨਿੰਗ ਹੋ ਗਈ, ਆਈਲੈਟ ਸੈਂਟਰ ਹੋ ਗਿਆ, ਜਿਵੇਂ ਕਿਤੇ ਕਿਤੇ ਪ੍ਰੋਗਰਾਮ ਹੁੰਦੇ ਉਹ ਸਾਨੂੰ ਸੱਦੇ ਆ, ਸਾਡਾ ਉਹਨਾਂ ਕੋਲ ਨੰਬਰ ਹੈਗਾ, ਕਈ ਪ੍ਰੋਗਰਾਮ ਕਰਕੇ ਜਾਂਦੇ ਉਹਨਾਂ ਨੂੰ। ਕਿੰਨੀ ਦਿਹਾੜੀ ਮਿਲ ਜਾਂਦੀ ਹੈ ਵੱਧ ਤੋਂ ਵੱਧ? 5-6 ਹਜ਼ਾਰ ਰੁਪਇਆ ਦੇ ਦਿੰਦੇ ਜੀ। ਕਿੰਨੇ ਦਿਨ ਕੰਮ ਕਰਦੇ ਹੋ? ਅਸੀਂ ਕਰਦੇ ਹਾਂ ਤੜਕੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 5-6 ਵਜੇ ਤੱਕ, ਪੂਰਾ ਐਂਟਰਟੇਨਮੈਂਟ ਕਰਦੇ ਨੇ। ਸਾਰਾ ਦਿਨ ਇੱਕ ਸਟਾਈਲ 'ਚ ਖੜੇ ਰਹਿਣਾ, ਥਕਾਵਟ ਨਹੀਂ ਹੁੰਦੀ ਜਾਂ ਕੀ ਚੀਜ਼ ਹੈ ਇਸ ਤਰ੍ਹਾਂ, ਕਿਵੇਂ ਸੰਭਵ ਹੁੰਦਾ? ਥਕਾਵਟ ਵੀ ਹੁੰਦਾ ਜੀ, ਸਭ ਕੁਝ ਕੀਤਾ ਆਪਾਂ, ਪ੍ਰੈਕਟਿਸ ਕੀਤੀ ਹੋਈ ਹੈ ਸਾਡੀ। ਪਰਿਵਾਰ 'ਚ ਹੋਰ ਵੀ ਕੋਈ ਕਰਦਾ? ਪਰਿਵਾਰ 'ਚ ਕਰਦੇ ਜੀ, ਸਾਡਾ ਖਾਨਦਾਨੀ ਕੰਮ ਆ ਜੀ। ਇਸ ਕੰਮ ਨੂੰ ਕੀ ਨਾਂ ਦਿੱਤਾ ਜਾਂਦਾ, ਕਿਸ ਤਰ੍ਹਾਂ ਦਾ ਕਿੱਤਾ ਇਹ, ਪ੍ਰੋਫੈਸ਼ਨ? ਬਹਿਰੂਪੀਆ ਆਰਟਿਸਟ ਕਲਾਕਾਰ ਕਹਿੰਦੇ ਜੀ। ਕੀ ਸੋਚਦੇ ਹੋ ਅੱਗੇ, ਤੁਹਾਡੇ ਬੱਚੇ ਵੀ ਇਸ ਕੰਮ 'ਚ ਜਾਣ? ਨਹੀਂ, ਅੱਗੇ ਜਿਹੜੇ ਸਾਡੇ ਬੱਚੇ ਹੋਣਗੇ ਉਹਨਾਂ ਨੂੰ ਅਸੀਂ ਪੜ੍ਹਾਵਾਂਗੇ ਲਿਖਾਵਾਂਗੇ, ਸਾਡੇ ਵਰਗਾ ਨਹੀਂ ਪੜ੍ਹਾਵਾਂਗੇ, ਕਿਉਂਕਿ ਪੜ੍ਹ ਲਿਖ ਕੇ ਉਹ ਚੰਗੇ ਇਨਸਾਨ ਬਣ ਸਕਦੇ ਆ। ਸਾਡੇ ਵਾਂਗੂ ਇਵੇਂ ਗਲੀਆਂ ਗਲੀਆਂ 'ਚ ਕਿਸੇ ਦੇ ਗੇਟ ਮੂਹਰੇ ਖੜ੍ਹਨਾ, ਕਈ ਕਿੱਥੇ ਖੜ੍ਹਨਾ, ਉਹ ਕੰਮ ਨਾ। ਹਾਂਜੀ ਵੀਰ ਜੀ, ਕੀ ਨਾਂ ਆਪਣਾ? ਮੇਰਾ ਨਾਮ ਆ ਜੀ ਰਾਮ ਜੀ। ਅੱਛਾ, ਤੁਸੀਂ ਆ ਜਿਹੜਾ ਸਟੈਚੂ ਵਾਲਾ ਕੰਮ ਕਦੋਂ ਤੋਂ ਕਰਦੇ ਆ ਰਹੇ ਹੋ? ਹਾਂ ਜੀ, ਸਾਡੇ ਖਾਨਦਾਨੀ ਕੰਮ ਪੜਦਾਦੇ ਕਰਦੇ ਆਏ ਆ ਜੀ। ਹਾਂਜੀ, ਪੜਦਾਦੇ ਦਾਦੇ ਕਰਦੇ ਆਏ ਕੰਮ, ਬਹਿਰੂਪੀ ਦਾ ਆਰਟਿਸਟ ਕਲਾਕਾਰ ਬਹਿਰੂਪੀਏ। ਅੱਛਾ, ਤੇ ਮੈਨੂੰ ਤਾਂ ਹੋ ਗਏ 7 ਸਾਲ ਕਰਦੇ ਨੂੰ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਅਸੀਂ ਭਗਤਾ ਜੀ। ਭਗਤਾ ਪੰਜਾਬ 'ਚ? ਹਾਂਜੀ, ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ, ਹੁਣ ਕਿੱਥੇ ਰਹਿੰਦੇ ਤੁਸੀਂ? ਹੁਣ ਅਸੀਂ ਇਸ ਮੁਕਤਸਰ 'ਚ ਆਏ ਜੀ। ਅੱਛਾ, ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਕੰਮ ਕਰਦਾ ਨੂੰ? ਸਾਨੂੰ ਜੀ 7 ਸਾਲ ਹੋ ਗਏ। 7 ਸਾਲ ਹੋ ਗਏ। ਹੁਣ ਅੱਜ ਤੁਸੀਂ ਕਿੱਥੋਂ ਆਏ ਆ? ਅੱਜ ਅਸੀਂ ਆਏ ਇੱਥੇ ਮੁਕਤਸਰ। ਅੱਛਾ, ਮੁਕਤਸਰ ਕਿੱਥੇ ਆਏ ਤੁਸੀਂ? ਮੁਕਤਸਰ ਇੱਥੇ ਆਏ ਜੀ
श्री मुक्तसर साहब तो मनजीत सिद्धू बराड़ की खास रिपोर्ट।